ਰਾਜੂ ਖਾਲਸਾ ਭਾਈ ਤੋਂ ਫਤਿਹ ਨਾਸਰਾਮ ਬੋਲ ਰਿਹਾ ਜੀ। ਹਾਂਜੀ ਮਹਾਰਾਜ ਜੀ, ਤੁਸੀਂ ਲਾਈਨ ਤੇ ਹੋ ਇਸ ਵੇਲੇ? ਹਾਂਜੀ ਮੈਂ ਪਤਾ ਨਾ ਤਾਂ ਜਿਹੜੇ ਹੈਗੇ ਦੇਖ ਲਓ, ਭੈਣ ਜੀ ਭਵਿੰਦਰ ਉਹਨੇ ਵੀ ਦੱਸ ਕੇ ਗਏ ਆ ਵੀ ਜੱਜ ਦੇ ਟਰਾਈ ਕਰਦੇ ਆ, ਲਾਈਨਾਂ ਇੰਨੀਆਂ ਬਿਜੀ ਹੋਈਆਂ ਆ। ਬਾਕੀ ਉਹਨਾਂ ਦੇ ਕਹਿਣ ਦਾ ਵੀ, ਉਹਨਾਂ ਦਾ ਕਹਿਣਾ ਵੀ ਠੀਕ ਹੀ ਆ, ਜਿੱਦਾਂ ਉਹ ਕਹਿੰਦੇ ਵੀ ਸ਼ੱਕ, ਹੁਣ ਮੇਰਾ ਤਾਂ ਖਿਆਲ ਆ ਹੁਣ ਸਾਨੂੰ ਇੱਥੇ ਤੁਹਾਡੇ ਸੁਣਦਿਆਂ ਦਾ ਪਤਾ ਨਹੀਂ ਲੱਗਦਾ ਵੀ ਕੱਲ੍ਹ 11 ਵੱਜ ਜਾਣੇ ਆ, ਤਾਂ ਉਹਨਾਂ ਦੇ ਕਹਿਣ ਦਾ ਮਤਲਬ 1 ਵਜੇ ਤੁਸੀਂ ਬੈਠੇ ਰਹੋ ਹੁਣ ਤਾਂ। ਆਹੋ ਐਵੇਂ ਤਾਂ ਕਰੋ ਤਾਂ। ਬਾਕੀ ਉੱਦਾਂ ਵੀ ਤੁਹਾਡਾ ਬਹੁਤ ਧੰਨਵਾਦ ਹੈ, ਠੰਡ ਦੇ ਵਿੱਚ ਆ ਕੇ ਤੁਸੀਂ ਸਾਰਿਆਂ ਨੂੰ ਨਿੱਘੀ ਕਰ ਦਿੱਤਾ। ਠੰਡ ਤਾਂ ਹੁਣ ਲੱਗਦੀ ਨਹੀਂ ਹੈਗੀ, ਇੰਨਾ ਪਿਆਰ ਮਿਲ ਗਿਆ, ਉਹ ਤਾਂ ਗਰਮੀ ਲੱਗਦੀ ਪਈ। ਜਿਹੜੇ ਸਰੋਤੇ ਜਿਹੜੇ ਸਾਨੂੰ ਹੀਟ ਭੇਜਦੇ ਆ, ਇਹਨਾਂ ਨਿੱਘੇ ਹੋਏ ਪਏ ਸੀ। ਹਾਂਜੀ 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 ਹਾਂਜੀ। ਸੁਣਾਓ ਕੋਈ ਕਵਿਤਾ ਜੀ? ਹਾਂਜੀ ਮੈਂ ਇੱਕ ਹੋਰ ਲਗਨ ਸੁਣੋ, ਆਪ ਲਿਖੀ ਆ। ਹਾਂਜੀ ਤਾਂ ਪਹਿਲਾਂ ਉਹ ਤੋਂ ਸ਼ੇਰ ਆ ਦਿਲਬਰ ਦਾ। ਹਾਂਜੀ। ਜਾਂਦਾ ਕਿਸੇ ਦਾ ਸੱਤ ਤੇ ਧਰਮ ਲੁੱਟਿਆ, ਕੋਈ ਹੱਸਦਾ ਮਾਰ ਕੇ ਤਾੜੀਆਂ ਨੂੰ, ਬੁੱਲ ਬੁੱਲ ਖੂਨ ਦੇ ਹੰਝੂ ਵਹਾਮ ਦੀਏ, ਜਦੋਂ ਲੁੱਟੇ ਸਹਿਜਾਦ ਫਲਵਾੜੀਆਂ ਨੂੰ, ਉਹ ਡਾਡਾ ਕਰਦਾ ਹੈ ਆਪਣੀ ਹਵਸ਼ਪੁਰੀ, ਹੱਥ ਪਾ ਅਵਲਾ ਦੀਆਂ ਸਾੜੀਆਂ ਨੂੰ, ਹੁੰਦੀ ਦਿਲਵਰਾ ਪੂਜਾ ਸ਼ਤਾਨ ਦੀਏ, ਕੌਣ ਪੁੱਛਦਾ ਬੀਬੀਆਂ ਦਾੜੀਆਂ ਨੂੰ, ਉਹਨਾਂ ਚਰਨਾਂ ਤੇ ਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਉਹਨਾਂ ਚਰਨਾਂ ਤੇ ਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਗੁਰੂ ਨਾਨਕ ਜੀ ਜੱਗ ਤੇ ਆਏ, ਗਰੀਬਾਂ ਦਾ ਸੀ ਹੱਥ ਫੜਿਆ, ਸਿੱਧੇ ਰਸਤੇ ਸੀ ਪਾਈ ਦੁਨੀਆ, ਉਹਨਾਂ ਅੱਗੇ ਕੋਈ ਨਾ ਅੜਿਆ, ਉਹ ਤੇਰਾ ਤੇਰਾ ਤੋਲਦਾ ਦਤਾਵਾ, ਗੱਲਾਂ ਜੋ ਸੁਣਾਉਣ ਤੇਰੀਆਂ, ਉਹਨਾਂ ਚਰਨਾਂ ਤੇ ਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਪੰਜ ਪਾਤਸ਼ਾਹੀਆਂ ਪਹਿਲਾਂ ਸੀ ਜਿਹੜੀਆਂ, ਉਹਨਾਂ ਨੇ ਨਹੀਂ ਧਰਮ ਛੱਡਿਆ, ਮੀਰੀ ਪੀਰੀ ਦੀਆਂ ਭੈਣ ਤਲਵਾਰਾਂ, ਉਹ ਰਣ ਵਿੱਚ ਜਾ ਗੱਜਿਆ, ਬੈਰੀ ਵੇਖ ਵੇਖ ਭੱਜਣ ਪਰਛਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਉਹਨਾਂ ਚਰਨਾਂ ਤੇ ਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਬਾਜਾਂ ਵਾਲੇ ਦੀ ਉਹ ਕੁਰਬਾਨੀ ਬਈ ਜੁਗੋ ਜੁਗ ਰਹੂ ਬੋਲਦੀ, ਉਹ ਪੁੱਤਰਾਂ ਦਾ ਕਿਹੜਾ ਹੈ ਦਾਨੀ, ਉਹ ਗੁੱਜੇ ਭੇਦ ਰਹੂ ਖੋਲਦੀ, ਬਾਜਾਂ ਵਾਲੇ ਨੂੰ ਮਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਉਹਨਾਂ ਚਰਨਾਂ ਤੇ ਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਜਦੋਂ ਗੁਰੂ ਰਵਿਦਾਸ ਜੀ ਆਏ, ਨੀਚ ਦਾ ਬੋਲ ਵਾਲਾ ਸੀ, ਜਦੋਂ ਗੁਰੂ ਰਵਿਦਾਸ ਜੀ ਆਏ, ਊਚ ਨੀਚ ਬੋਲ ਵਾਲਾ ਸੀ, ਤਾਰੀ ਪੱਥਰੀ ਤੇ ਰੂੰਦੇ ਘੋੜੇ ਡੁੱਬ ਗਏ, ਹੋ ਗਈ ਉੱਥੇ ਹਾਲਾ ਲਾਲਸੀ, ਜੰਜੂ ਚਾਰ ਕੱਢੇ ਵੇਖ ਪੰਡਤਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਉਹਨਾਂ ਚਰਨਾਂ ਤੇ ਸੀਸ ਚੁਕਾਵਾਂ, ਗੱਲਾਂ ਜੋ ਸੁਣਾਉਣ ਤੇਰੀਆਂ, ਅੱਜ ਗੁਰੂ ਗ੍ਰੰਥ ਹੈ ਜੀ ਸਾਡਾ, ਤੇ ਇਹਦੇ ਜਾਨੀ ਕੋਈ ਜੱਗ ਤੇ, ਅੱਜ ਗੁਰੂ ਗ੍ਰੰਥ ਹੈ ਜੀ ਸਾਡਾ, ਤੇ ਇਹਦੇ ਜਾਨੀ ਕੋਈ ਜੱਗ ਤੇ, ਮੱਥਾ ਟੇਕਣਾ ਨੀ ਹੋਰ ਕਿਤੇ ਜਾ ਕੇ,
ਆਖ ਮੈਂ ਸੁਣਾਵਾਂ ਗੱਜ ਕੇ ਮੱਥਾ ਟੇਕਣਾ ਨੀ ਹੋਰ ਕਿਤੇ ਜਾ ਕੇ ਆਖ ਮੈਂ ਸੁਣਾਵਾਂ ਗੱਜ ਕੇ ਨਾਥ ਜਿੰਦੜੀ ਮੇਰੇ ਲੇਖੇ ਲਾਵਾਂ ਗੱਲਾਂ ਜੋ ਸੁਣਾਉਣ ਤੇਰੀਆਂ ਉਹਨਾਂ ਚਰਨਾਂ ਤੇ ਸੀਸ ਝੁਕਾਵਾਂ ਗੱਲਾਂ ਜੋ ਸੁਣਾਉਣ ਤੇਰੀਆਂ ਗੱਲਾਂ ਜੋ ਸੁਣਾਉਣ ਤੇਰੀਆਂ ਵਾਹ 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 ਕੀ ਬਾਤ ਹੈ ਜੀ ਬਹੁਤ ਬਹੁਤ ਵੀਰ ਜੀ ਆਪ ਜੀ ਦਾ ਧੰਨਵਾਦ ਬਹੁਤ ਹੀ ਵਧੀਆ ਕੀ ਤੁਹਾਡਾ ਗਾਉਣ ਦਾ ਅੰਦਾਜ਼ ਕਵਿਤਾ ਬਹੁਤ ਸੋਹਣੀ ਸੀ ਥੈਂਕ ਯੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ